कोरोना दे लगातार वध रहे मामलियां ने कैप्टन सरकार दे होश उड़ा दिते ने। हालात जिस तरीके नाल खराब हो रहे ने उसने कैप्टन साहब दी नींद उड़ा रखी है। मुख्यमंत्री ने अज फिर लाइव होके लोकां नूं अपील कीती कि इस बीमारी नूं इन्ना हल्के च ना लिया जावे। सरकार वल्लों जारी गाइडलाइंस दी पालना कीती जावे, मास्क जरूर पाया जावे अते सोशल डिस्टेंसिंग भी रखी जावे। मुख्यमंत्री ने कहा कि अपनी सेहत दी जिम्मेवारी खुद समझन दी लोड़ है। उन्होंने वैक्सीनेशन दा जिक्र भी किया कि लोग ए टीका जरूर लगवाउण। इस दे नाल ही मुख्यमंत्री ने नाइट कर्फ्यू बारे लोकां नूं कहा कि ए लोकां नूं तंग परेशान करन लई नहीं लगाया गया, बल्कि हालातां दे मद्देनजर नाइट कर्फ्यू लगाना जरूरी सी। कन्फर्म्ड केस जिहड़े होए ने अपने 2,39,000 और साडियां मौतां, साडे पंजाबियां दी मौतां 6,866। हुण दसो जदों इह जिहा काम इत्थे हुंदा है, जिम्मेवारी सरकार दी बनदी नहीं कि असी किसी ना किसी तरह इस काम नूं रोकी आपां। और ओ जिहड़ा है कदम चकने, ये साडे वास्ते जरूरी हो जांदे ने कि आपां ये काम ਨੂੰ ਅੱਛੀ ਤਰ੍ਹਾਂ ਆਪਾਂ ਇਹਨੂੰ ਸੰਭਾਲੀਏ, ਤਾਂ ਕਿ ਤੁਹਾਡੀਆਂ ਜਾਨਾਂ, ਤੁਹਾਡੇ ਬੱਚੇ, ਤੁਹਾਡੇ ਸਾਰੇ ਜਿਹੜਾ ਪਰਿਵਾਰ ਹੈ ਉਹਨਾਂ ਨੂੰ ਅਸੀਂ ਸੁਰੱਖਿਅਤ ਰੱਖੀਏ ਔਰ ਇਸ ਖਤਰੇ ਤੋਂ ਦੂਰ ਕੱਢੀਏ। ਤਾਂ ਹੀ ਸਾਨੂੰ ਕੁਝ ਕਦਮ ਚੱਕਣੇ ਪਏ ਸੀ। ਤਾਂ ਹੀ ਮੈਂ ਅੱਜ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਇੱਕ ਤਾਂ ਇਹ ਇੰਜੈਕਸ਼ਨ ਜਿਹੜੇ ਨੇ, ਇਹ ਵਾਇਰਸ ਐਂਟੀਵਾਇਰਲ ਜਿਹੜੇ ਇੰਜੈਕਸ਼ਨ ਹੁਣ ਲਗਾ ਰਹੇ ਨੇ, ਕੋਵਿਸ਼ੀਲਡ ਹੋਏ ਜਾਂ ਜਿਹੜੇ ਵੀ ਆਉਣ, ਕੋਵੈਕਸਿਨ ਜਾਂ ਕੁਛ ਹੋਰ ਆ ਸਕਦਾ ਅੱਗੇ ਨੂੰ, ਇਹ ਸਾਰੇ ਟੈਸਟਡ ਦਵਾਈਆਂ ਨੇ ਔਰ ਬਗੈਰ ਟੈਸਟ ਤੋਂ ਕੋਈ ਰਿਲੀਜ਼ ਨਹੀਂ ਹੁੰਦੀ, ਕਿਸੇ ਦੁਨੀਆ ਦੇ ਵਿੱਚ ਵੀ ਨਹੀਂ ਰਿਲੀਜ਼ ਹੁੰਦੀ। ਔਰ ਟੈਸਟਿੰਗ ਤੋਂ ਬਾਅਦ ਹੀ ਕਈ ਵਾਰ ਟੈਸਟ ਕਰਕੇ ਇਹ ਸਾਡੇ ਕੋਲ ਪਹੁੰਚੇ ਨੇ। ਔਰ ਮੈਂ ਆਸ ਕਰਦਾ ਕਿ ਤੁਸੀਂ ਸਮਝੋ ਇਹਨਾਂ ਨੂੰ ਕਿ ਆਪਣੇ ਪਰਿਵਾਰ ਨੂੰ ਆਪਾਂ ਨੇ ਬਚਾਉਣਾ। ਹੁਣ ਮੈਂ ਕਰਵਾਇਆ ਆਪਣਾ, ਮੇਰੇ 'ਤੇ ਇੰਜੈਕਸ਼ਨ ਲੱਗਿਆ, ਮੇਰੇ ਬੱਚਿਆਂ 'ਤੇ ਲੱਗਿਆ, ਮੇਰੇ ਉਹਨਾਂ ਰਿਸ਼ਤੇਦਾਰਾਂ 'ਤੇ ਜਿਨ੍ਹਾਂ ਨੂੰ ਕੈਂਸਰ ਹੈ ਉਹਨਾਂ ਨੇ ਵੀ ਲਗਵਾਇਆ। ਸਾਰਿਆਂ ਨੇ ਇਸ ਕੰਮ ਨੇ ਉਹਨਾਂ ਨੇ ਕੀਤਾ, ਇਸ ਲਈ ਕਿਉਂਕਿ ਉਹ ਬਚਣਾ ਚਾਹੁੰਦੇ ਇਸ ਬਿਮਾਰੀ ਤੋਂ। ਅਸੀਂ ਲੋਕਡਾਊਨ ਕੀਤਾ ਹੋਇਆ, ਸ਼ਾਮ ਨੂੰ ਅਸੀਂ ਬੰਦ ਕਰਦੇ ਹਾਂ, ਜਿਹੜਾ ਕੁਛ ਕਰਦੇ ਹਾਂ ਇਹ ਕਰਦੇ ਹਾਂ ਕਾਰਨ ਕਰਕੇ, ਕਿਉਂਕਿ ਸਾਡੀ ਮੈਡੀਕਲ ਟੀਮ ਨੇ ਸਾਨੂੰ ਦੱਸਿਆ ਕਿ ਜਿੰਨਾ ਕੰਟੈਕਟ ਆਪਣਾ ਘਟੇਗਾ, ਜਿੰਨੇ ਲੋਕ ਆਪਸ 'ਚ ਮਿਲਣ ਤੋਂ ਹਟਣਗੇ, ਉਨਾ ਬਚਾਓ ਹੋਊਗਾ। ਔਰ ਸ਼ਨੀਚਰਵਾਰ ਇਹੋ ਜਿਹਾ ਦਿਨ ਹੈ ਜਿੱਥੇ ਜ਼ਿਆਦਾ ਲੋਕ ਇੱਕ ਦੂਜੇ ਨੂੰ ਮਿਲਦੇ ਨੇ ਔਰ ਸ਼ਾਮ ਦਾ ਸਮੇਂ ਹੋਰ ਹੈ। ਸ਼ਾਮ ਨੂੰ ਵੀ ਆਮ ਤੌਰ 'ਤੇ ਜਦ ਵਿਹਲੇ ਹੁੰਦੇ ਨੇ ਲੋਕ ਇੱਕ ਦੂਜਿਆਂ ਦੇ ਆਪਣੇ ਗੁਆਂਢੀਆਂ ਕੋਲ ਜਾਂ ਕਿਸੇ ਚਲੇ ਜਾਂਦੇ ਨੇ, ਤਾਂ ਹੀ ਸਾਨੂੰ ਕਰਫਿਊ ਲਾਉਣਾ ਪਿਆ। ਇਹ ਤੁਹਾਨੂੰ ਤੰਗ ਕਰਨ ਵਾਸਤੇ ਨਹੀਂ, ਸਾਰੀ ਦੁਨੀਆ ਤੰਗ ਹੈ, ਮੈਨੂੰ ਪਤਾ ਤੰਗ ਹੈ ਔਰ ਤੰਗ ਜਿਹੜੀ ਤੁਹਾਨੂੰ ਕੁਛ ਇਹ ਮਹਿਸੂਸ ਹੁੰਦੀ ਹੈ, ਇਹ ਬਿਲਕੁਲ ਜਾਇਜ਼ ਵੀ ਹੈ, ਲੇਕਿਨ ਫਿਰ ਵੀ ਸਮਝੋ ਕਿ ਇਹ ਕੀਤਾ ਜਾ ਰਿਹਾ ਆਪਣੇ ਪੰਜਾਬੀਆਂ ਨੂੰ। ਮੇਰੀ ਜ਼ਿੰਮੇਵਾਰੀ ਹੈ, ਮੇਰਾ ਪੰਜਾਬ ਨੂੰ ਤੁਸੀਂ ਮੈਨੂੰ ਭੇਜਿਆ ਸੀ ਇਸ ਇੱਥੇ ਹਕੂਮਤ ਚਲਾਉਣ ਨੂੰ, ਫਿਰ ਮੇਰੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਮੈਂ ਆਪਣੇ ਪੰਜਾਬੀਆਂ ਨੂੰ ਇਸ ਖਤਰੇ ਤੋਂ ਕੱਢਾਂ।